हेलो एवरीवन, फिर तो थोड़ा स्वागत है मेरे इस चैनल दे विच। आज जिहड़ा मैं टॉपिक लेके आया हाँ वो है रिडीमेबल प्रेफरेंस शेयर्स। इस तो पहले आपां बायबैक ऑफ शेयर्स टॉपिक डिस्कस किया, दो वीडियोस दे विच आपां उन्हों पूरा डिस्कस किया भी टॉपिक दे विच की कवर है अकाउंटिंग ट्रीटमेंट और उसका थ्रेटिकल आस्पेक्ट। इसी तरह हुण इस टॉपिक का जिहड़ा है थोरेटिकल आस्पेक्ट जिहड़ा है असीं कवर करांगे इहदे विच रिडीमेबल प्रेफरेंस शेयर इंट्रोडक्शन जिहड़ी है टॉपिक की ओह होएगी। सब तो पहले सानूं इह जानना शुरू होए शेयर्स किन्नी तरह दे होंदे हैं। दो तरह दे असीं शेयर्स जिहड़े है वो गिन देखदे हैं, वो है इक्विटी शेयर एंड प्रेफरेंस शेयर्स। ठीक है, ਤੇ ਇਕੁਇਟੀ ਸ਼ੇਅਰ ਹੋਲਡਰਸ ਨੂੰ ਅਸੀਂ ਰੀਅਲ ਓਨਰ ਆਫ ਦਾ ਕੰਪਨੀ ਗਿਣਦੇ ਹਾਂ, ਜਦਕਿ ਪ੍ਰੈਫਰੈਂਸ ਸ਼ੇਅਰ ਹੋਲਡਰਸ ਜਿਹੜੇ ਹੈ ਉਹ ਉਹਨਾਂ ਨੂੰ ਕੁਝ ਪ੍ਰੈਫਰੈਂਸਿਸ ਹੁੰਦੀਆਂ ਨੇ। ਉਹ ਪ੍ਰੈਫਰੈਂਸਿਸ ਇਨ ਦਾ ਪੇਮੈਂਟ ਆਫ ਡਿਵੀਡੈਂਡ ਐਂਡ ਇਨ ਦਾ ਰੀਪੇਮੈਂਟ ਆਫ ਕੈਪੀਟਲ ਹੁੰਦੀਆਂ। ਬਾਕੀ ਡਿਟੇਲ ਆਪਾਂ ਸਲਾਈਡਸ ਦੇ ਵਿੱਚ ਤੁਹਾਡੇ ਲਈ ਮਟੀਰੀਅਲ ਲਿਖਿਆ ਉਹਦੇ ਨਾਲ ਰਿਲੇਟ ਡਿਸਕਸ ਕਰਕੇ ਹੀ ਤੁਹਾਨੂੰ ਸਮਝਾਉਂਦੇ ਹਾਂ। ਰਿਡੀਮੇਬਲ ਪ੍ਰੈਫਰੈਂਸ ਸ਼ੇਅਰ प्रेफरेंस शेयर्स अ कंपनी कैन इशू टू टाइप्स ऑफ शेयर्स, इक्विटी शेयर्स एंड प्रेफरेंस शेयर्स। इक्विटी शेयर्स आर मोस्ट रिस्क बियरिंग सिक्योरिटीज एंड विल गेट रीपेमेंट आफ्टर ऑल लाइबिलिटीज एंड प्रेफरेंस कैपिटल इज पेड ऑफ। इक्विटी शेयर जिहड़े है वो रियल ओनर क्यों कहने हैं, क्योंकि सब तो ज्यादा रिस्क उन्हां दा है। अगर कंपनी बंद हुंदी है तो सब तो एंड ते उन्हां नूं पैसे मिलणगे। ਠੀਕ ਹੈ, ਉਹਨਾਂ ਤੋਂ ਪਹਿਲੇ ਪ੍ਰੈਫਰੈਂਸ ਸ਼ੇਅਰ ਨੂੰ ਪੈਸੇ ਮਿਲਣਗੇ, ਉਸ ਤੋਂ ਵੀ ਪਹਿਲੇ ਜਿਹੜਾ ਹੈ ਲਾਇਬਿਲਿਟੀਜ਼ ਹੀ ਜਿਹੜੀਆਂ ਵੀ ਆਊਟਸਾਈਡ ਲਾਇਬਿਲਿਟੀਜ਼ ਹੈ ਉਹਨਾਂ ਦੀ ਪੇਮੈਂਟ ਹੋਏਗੀ। ਦੈਟਸ ਵਾਈ ਦੀਜ਼ ਆਰ ਨੋਨ ਐਜ਼ ਰੀਅਲ ਓਨਰ ਆਫ ਦਾ ਕੰਪਨੀ ਪ੍ਰੈਫਰੈਂਸ ਸ਼ੇਅਰਸ। ਪ੍ਰੈਫਰੈਂਸ ਸ਼ੇਅਰਸ ਆਰ ਦਾ ਸ਼ੇਅਰਸ ਵਿਚ ਹੈਵ ਪ੍ਰੈਫਰੈਂਸ ਇਨ ਪੇਮੈਂਟ ਆਫ ਡਿਵੀਡੈਂਡ ਐਂਡ ਰੀਪੇਮੈਂਟ ਆਫ ਕੈਪੀਟਲ ਇਨ ਦਾ ਇਵੈਂਟ ਆਫ ਵਾਈਂਡਿੰਗ ਅਪ ਆਫ ਦਾ ਕੰਪਨੀ। ਵਾਈਂਡਿੰਗ ਅਪ ਆਫ ਦਾ ਕੰਪਨੀ ਮਤਲਬ ਕੰਪਨੀ ਬੰਦ ਹੋਣ ਦੀ ਸਥਿਤੀ 'ਚ, ਕੰਪਨੀ ਜੇ ਇੰਸੋਲਵੈਂਟ ਹੋ ਜਾਵੇ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਹੈ ਰੀਪੇਮੈਂਟ ਜਿਹੜੀ ਹੈ ਦੀ ਪ੍ਰੈਫਰੈਂਸ ਹੁੰਦੀ ਹੈ ਇਕੁਇਟੀ ਸ਼ੇਅਰ ਦੇ ਉੱਪਰ। ਯਾਨੀ ਇਕੁਇਟੀ ਸ਼ੇਅਰ ਤੋਂ ਪਹਿਲੇ ਪੇਮੈਂਟ ਮਿਲੇਗੀ ਇਹਨਾਂ ਨੂੰ। ਇਹ ਨਹੀਂ ਹੈ ਕਿ ਸਭ ਤੋਂ ਪਹਿਲੇ ਪੇਮੈਂਟ ਮਿਲੇਗੀ, ਦੇ ਹੈਵ ਪ੍ਰੈਫਰੈਂਸ ਓਵਰ ਦਾ ਇਕੁਇਟੀ ਸ਼ੇਅਰਸ। ਠੀਕ ਹੈ, ਕਿਸ ਚੀਜ਼ ਦੀ ਪ੍ਰੈਫਰੈਂਸ ਹੈ? ਪੇਮੈਂਟ ਆਫ ਡਿਵੀਡੈਂਡ। ਜਦ ਤੱਕ ਪ੍ਰੈਫਰੈਂਸ ਸ਼ੇਅਰ ਨੂੰ ਡਿਵੀਡੈਂਡ ਨਹੀਂ ਦਿੱਤਾ ਜਾਏਗਾ, ਜੋ ਵੀ ਉਹਨਾਂ ਦਾ ਰੇਟ ਫਿਕਸ ਹੈ ਡਿਵੀਡੈਂਡ ਦਾ, ਤਦ ਤੱਕ ਅਸੀਂ ਇਕੁਇਟੀ ਸ਼ੇਅਰਸ ਨੂੰ ਡਿਵੀਡੈਂਡ ਨਹੀਂ ਦੇ ਸਕਦੇ। ਪ੍ਰੋਫਿਟਸ ਦੇ ਵਿੱਚੋਂ ਹੀ ਡਿਵੀਡੈਂਡ ਦਿੱਤਾ ਜਾਂਦਾ। ਅਗਰ ਕੰਪਨੀ ਕੋਲ ਪ੍ਰੋਫਿਟ ਹੋਏਗਾ ਤਾਂ ਕੰਪਨੀ ਡਿਵੀਡੈਂਡ ਦੇਗੀ, ਅਗਰ ਪ੍ਰੋਫਿਟ ਨਹੀਂ ਹੈ ਤਾਂ ਕੰਪਨੀ ਡਿਵੀਡੈਂਡ ਨਹੀਂ ਦੇਗੀ। ਪਰ ਡਿਵੀਡੈਂਡ ਦੇਣ ਦੇ ਮਾਮਲੇ 'ਚ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਪ੍ਰੈਫਰੈਂਸ ਹੈ, ਉਹਨਾਂ ਨੂੰ ਪਹਿਲੇ ਡਿਵੀਡੈਂਡ ਮਿਲੇਗਾ, ਬਾਅਦ 'ਚੋਂ ਜਿਹੜਾ ਹੈ ਇਕੁਇਟੀ ਸ਼ੇਅਰ ਨੂੰ ਮਿਲੇਗਾ। ਇਸੇ ਤਰ੍ਹਾਂ ਰੀਪੇਮੈਂਟ ਵੀ ਜਦੋਂ ਅਗਰ ਕੈਪੀਟਲ ਦੀ ਕਰਨੀ ਪੈਂਦੀ ਹੈ ਵਾਈਂਡਿੰਗ ਅਪ ਆਫ ਕੰਪਨੀ ਦੇ ਕੇਸ ਦੇ ਵਿੱਚ, ਤਾਂ ਉਹ ਵੀ ਜਿਹੜੀ ਹੈ ਪ੍ਰੈਫਰੈਂਸ ਸ਼ੇਅਰ ਹੋਲਡਰਸ ਦੀ ਕੈਪੀਟਲ ਪਹਿਲੇ ਵਾਪਸ ਹੋਏਗੀ, ਇਕੁਇਟੀ ਸ਼ੇਅਰ ਹੋਲਡਰਸ ਦੀ ਬਾਅਦ 'ਚੋਂ। ਟਾਈਪਸ ਆਫ ਪ੍ਰੈਫਰੈਂਸ ਸ਼ੇਅਰਸ, ਕਮਿਊਨਿਟੀ ਐਂਡ ਨੋਨ ਕਮਿਊਨਿਟੀ ਪ੍ਰੈਫਰੈਂਸ ਸ਼ੇਅਰ। ਕਮਿਊਨਿਟੀ ਐਂਡ ਨੋਨ ਕਮਿਊਨਿਟੀ ਜਿਹੜਾ ਰਿਲੇਸ਼ਨ ਹੈ ਉਹ ਡਿਵੀਡੈਂਡ ਨਾਲ ਰਿਲੇਟਿਡ ਹੈ। ਅਗਰ ਕਮਿਊਨਿਟੀ ਪ੍ਰੈਫਰੈਂਸ ਸ਼ੇਅਰਸ ਹੈ ਤਾਂ ਡਿਵੀਡੈਂਡ ਜਿਹੜਾ ਹੈ ਕਮਿਊਨਿਟ ਹੁੰਦਾ ਰਹੇਗਾ। ਯਾਨੀ ਅਗਰ ਕਿਸੇ ਸਾਲ ਕੰਪਨੀ ਨੂੰ ਪ੍ਰੋਫਿਟ ਨਹੀਂ ਹੋਇਆ ਤਾਂ ਅਗਲੇ ਸਾਲ ਕੰਪਨੀ ਜਿਹੜੀ ਹੈ ਉਹ ਪ੍ਰੋਫਿਟ ਦੇ ਵਿੱਚੋਂ 2 ਸਾਲਾਂ ਦਾ ਡਿਵੀਡੈਂਡ ਪੇ ਕਰੇਗੀ। ਪ੍ਰੈਫਰੈਂਸ ਸ਼ੇਅਰ ਹੋਲਡਰਸ ਦਾ ਡਿਵੀਡੈਂਡ ਕਮਿਊਨਿਟ ਹੋਏਗਾ। ਅਗਰ ਨੋਨ ਕਮਿਊਨਿਟੀ ਹੋਏ ਤਾਂ ਡਿਵੀਡੈਂਡ ਕਮਿਊਨਿਟ ਨਹੀਂ ਹੋਏਗਾ। ਅਗਰ ਇਸ ਸਾਲ ਪ੍ਰੋਫਿਟ ਨਹੀਂ ਹੈ ਤਾਂ ਡਿਵੀਡੈਂਡ ਨਹੀਂ ਮਿਲੇਗਾ, ਅਗਰ ਹੈ ਤਾਂ ਡਿਵੀਡੈਂਡ ਮਿਲੇਗਾ। ਪਾਰਟਿਸਿਪੇਟਿੰਗ ਐਂਡ ਨੋਨ ਪਾਰਟਿਸਿਪੇਟਿੰਗ ਪ੍ਰੈਫਰੈਂਸ ਸ਼ੇਅਰ, ਇਹ ਕੰਪਨੀ ਦੇ ਬੰਦ ਹੋਣ ਦੀ ਸਥਿਤੀ ਨਾਲ ਰਿਲੇਟਿਡ ਹੈ। ਪਾਰਟਿਸਿਪੇਟਿੰਗ ਐਂਡ ਨੋਨ ਪਾਰਟਿਸਿਪੇਟਿੰਗ ਦਾ ਮਤਲਬ, ਪਾਰਟਿਸਿਪੇਟਿੰਗ ਦਾ ਮਤਲਬ ਹੈ ਕਿ ਕੰਪਨੀ ਬੰਦ ਹੋਣ ਤੇ ਅਗਰ ਸਾਰਿਆਂ ਨੂੰ ਪੇਮੈਂਟ ਕਰਨ ਤੋਂ ਬਾਅਦ ਕੁਝ ਪੈਸਾ ਬਚ ਜਾਂਦਾ। ਸਾਰਿਆਂ ਨੂੰ ਪੇਮੈਂਟ ਦਾ ਮਤਲਬ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਵੀ ਪੈਸੇ ਦੇ ਤੇ, ਇਕੁਇਟੀ ਸ਼ੇਅਰ ਹੋਲਡਰਸ ਦੇ ਵੀ ਉਹਨਾਂ ਦੀ ਕੈਪੀਟਲ ਵਾਪਸ ਕਰਤੀ, ਉਸ ਤੋਂ ਬਾਅਦ ਵੀ ਪੈਸਾ ਬਚ ਗਿਆ ਤਾਂ ਉਸ ਪੈਸੇ ਦੇ ਵਿੱਚ ਇਹਨਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ। ਇਸੇ ਤਰ੍ਹਾਂ ਪ੍ਰੋਫਿਟ ਦੇ ਵਿੱਚ ਵੀ ਇਹਨਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ। ਨੋਨ ਪਾਰਟਿਸਿਪੇਟਿੰਗ ਦੀ ਕੋਈ ਪਾਰਟਿਸਿਪੇਸ਼ਨ ਨਹੀਂ ਹੁੰਦੀ, ਯਾਨੀ ਕੋਈ ਹਿੱਸਾ ਨਹੀਂ ਮਿਲਦਾ ਉਹਨਾਂ ਨੂੰ।
ਰਿਡੀਮੇਬਲ ਐਂਡ ਇਰੀਡੀਮੇਬਲ। ਇਰੀਡੀਮੇਬਲ ਜਿਹੜੇ ਵਾਪਸ ਲਏ ਨਹੀਂ ਜਾ ਸਕਦੇ, ਰਿਡੀਮੇਬਲ ਜਿਹੜੇ ਕੁਝ ਟਾਈਮ ਬਾਅਦ ਵਾਪਸ ਲੈਣੇ ਪੈਣਗੇ। ਔਰ ਇੰਡੀਆ ਦੇ ਵਿੱਚ ਜਿਹੜਾ ਹੈ ਇਰੀਡੀਮੇਬਲ ਪ੍ਰੈਫਰੈਂਸ ਸ਼ੇਅਰ ਕੋਈ ਵੀ ਕੰਪਨੀ ਇਸ਼ੂ ਹੀ ਨਹੀਂ ਕਰ ਸਕਦੀ, ਓਨਲੀ ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਆਰ ਅਲਾਊਡ ਟੂ ਬੀ ਇਸ਼ੂਡ। ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ, ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਆਰ ਦੋ ਸ਼ੇਅਰਸ ਵਿਚ ਆਰ ਟੂ ਬੀ ਪੇਡ ਬੈਕ ਆਫਟਰ ਅ ਸਟਿਪੂਲੇਟਿਡ ਪੀਰੀਅਡ। ਇੱਕ ਪਰਟੀਕੁਲਰ ਪੀਰੀਅਡ, ਇੱਕ ਸਪੈਸੀਫਾਈਡ ਪੀਰੀਅਡ ਤੋਂ ਬਾਅਦ ਉਹਨਾਂ ਨੂੰ ਪੇਡ ਬੈਕ ਕੀਤਾ ਜਾਏਗਾ, ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣਗੇ। ਐਜ਼ ਪਰ ਸੈਕਸ਼ਨ 55 ਆਫ ਦਾ ਕੰਪਨੀਜ਼ ਐਕਟ 2013, ਏ ਕੰਪਨੀ ਕੈਨ ਨੋਟ ਇਸ਼ੂ ਐਨੀ ਪ੍ਰੈਫਰੈਂਸ ਸ਼ੇਅਰ ਵਿਚ ਆਰ ਇਰੀਡੀਮੇਬਲ ਔਰ ਰਿਡੀਮੇਬਲ ਆਫਟਰ ਦਾ ਐਕਸਪਾਇਰੀ ਆਫ 20 ਈਅਰਸ ਫਰੋਮ ਦਾ ਡੇਟ ਆਫ ਦੇਅਰ ਇਸ਼ੂ, ਐਕਸੈਪਟ ਫੋਰ ਇਨਫਰਾਸਟਰਕਚਰ ਪ੍ਰੋਜੈਕਟ। ਇਨਫਰਾਸਟਰਕਚਰ ਪ੍ਰੋਜੈਕਟ ਲਈ ਤੁਸੀਂ 20 ਸਾਲ ਤੋਂ ਵੱਧ ਟਾਈਮ ਵਾਲੇ ਪ੍ਰੈਫਰੈਂਸ ਸ਼ੇਅਰ ਇਸ਼ੂ ਕਰ ਸਕਦੇ ਹੋ, ਅਦਰਵਾਈਜ਼ ਪ੍ਰੈਫਰੈਂਸ ਸ਼ੇਅਰ ਜਿਹੜੇ ਹੈ ਉਹ 20 ਸਾਲਾਂ ਦੇ ਮੈਕਸਿਮਮ ਪੀਰੀਅਡ ਵਾਸਤੇ ਹੀ ਇਸ਼ੂ ਕੀਤੇ ਜਾਣਗੇ। ਇਰੀਡੀਮੇਬਲ ਤਾਂ ਇਸ਼ੂ ਨਹੀਂ ਕਰ ਸਕਦੇ, ਵਰਡਿੰਗ ਲਿਖੀ ਹੈ ਅ ਕੰਪਨੀ ਕੈਨ ਨੋਟ ਇਸ਼ੂ ਐਨੀ ਪ੍ਰੈਫਰੈਂਸ ਸ਼ੇਅਰ ਵਿਚ ਆਰ ਇਰੀਡੀਮੇਬਲ ਔਰ ਰਿਡੀਮੇਬਲ ਆਫਟਰ ਦਾ ਐਕਸਪਾਇਰੀ ਆਫ 20 ਈਅਰਸ। ਨਾ ਤਾਂ ਇਰੀਡੀਮੇਬਲ ਕਰ ਸਕਦੇ ਹੋ, ਨਾ ਹੀ 20 ਸਾਲ ਤੋਂ ਬਾਅਦ ਦੀ ਐਕਸਪਾਇਰੀ ਵਾਲੇ ਇਸ਼ੂ ਕਰ ਸਕਦੇ ਹੋ। ਓਨਲੀ ਇਨਫਰਾਸਟਰਕਚਰ ਪ੍ਰੋਜੈਕਟ ਦੇ ਵਿੱਚ 20 ਸਾਲ ਤੋਂ ਵੱਧ ਦੀ ਜਿਹੜੀ ਹੈ ਐਕਸਪਾਇਰੀ ਹੋ ਸਕਦੀ ਹੈ, ਯਾਨੀ 20 ਸਾਲ ਤੋਂ ਵੱਧ ਟਾਈਮ ਦੇ ਪ੍ਰੈਫਰੈਂਸ ਸ਼ੇਅਰ ਇਸ਼ੂ ਹੋ ਸਕਦੇ ਹੈ। ਨੋਟ ਇੱਥੇ, ਐਜ਼ ਪਰ ਸੈਕਸ਼ਨ 66 ਏ ਕੰਪਨੀ ਇਜ਼ ਨੋਟ ਅਲਾਊਡ ਟੂ ਰਿਟਰਨ ਟੂ ਇਟਸ ਸ਼ੇਅਰ ਹੋਲਡਰਸ ਦਾ ਸ਼ੇਅਰ ਮਨੀ ਵਿਦਆਊਟ ਦਾ ਪਰਮਿਸ਼ਨ ਆਫ ਦਾ ਕੋਰਟ। ਸੈਕਸ਼ਨ 66 ਕਹਿੰਦਾ ਹੈ ਕਿ ਕੋਰਟ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਸ਼ੇਅਰ ਨੂੰ ਉਹਨਾਂ ਦਾ ਪੈਸਾ ਵਾਪਸ ਨਹੀਂ ਕਰ ਸਕਦੇ। ਬਾਏਬੈਕ ਵੀ ਇਹੀ ਚੀਜ਼ ਸੀਗੀ, ਉੱਥੇ ਪਰਮਿਸ਼ਨ ਆਫ ਦਾ ਕੋਰਟ ਦੀ ਆਪਾਂ ਕੰਡੀਸ਼ਨ ਦੇਖੀ ਸਮਝੀ। ਨਾਓ ਪਰ ਰਿਡੀਮੇਬਲ ਪ੍ਰੈਫਰੈਂਸ ਸ਼ੇਅਰ ਵਾਸਤੇ, ਕਿਉਂਕਿ ਤੁਸੀਂ ਪਹਿਲੇ ਹੀ ਇਸ਼ੂ ਹੀ ਰਿਡੀਮਸ਼ਨ ਦੀ ਕੰਡੀਸ਼ਨ ਦੇ ਨਾਲ ਰੱਖੇ ਹੈ, ਔਰ ਇਸ਼ੂ ਹੀ ਆਪਾਂ ਰਿਡੀਮੇਬਲ ਹੀ ਕਰ ਸਕਦੇ ਹਾਂ, ਦੂਜੇ ਇਸ਼ੂ ਹੀ ਨਹੀਂ ਕਰ ਸਕਦੇ, ਤਾਂ ਉਹਦੇ ਵਾਸਤੇ ਕੋਰਟ ਦੀ ਪਰਮਿਸ਼ਨ ਦੀ ਲੋੜ ਨਹੀਂ। ਜਦੋਂ ਟਾਈਮ ਖਤਮ ਹੋ ਗਿਆ ਤੁਸੀਂ ਜਿਹੜਾ ਹੈ ਰਿਡੀਮ ਕਰ ਸਕਦੇ ਹੋ। ਬਟ ਦਾ ਪਰਮਿਸ਼ਨ ਆਫ ਦਾ ਕੋਰਟ ਇਜ਼ ਨੋਟ ਨੈਸੈਸਰੀ ਇਫ ਰਿਫੰਡ ਇਜ਼ ਟੂ ਬੀ ਮੇਡ ਟੂ ਦਾ ਪ੍ਰੈਫਰੈਂਸ ਸ਼ੇਅਰ ਹੋਲਡਰਸ। ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਅਗਰ ਰਿਫੰਡ ਦਿੱਤਾ ਜਾ ਰਿਹਾ ਤਾਂ ਉਹਦੇ ਵਾਸਤੇ ਕੋਰਟ ਦੀ ਪਰਮਿਸ਼ਨ ਦੀ ਕੋਈ ਲੋੜ ਨਹੀਂ ਹੋਈ। ਦੈਨ ਪ੍ਰੋਵੀਜ਼ਨਸ ਰਿਗਾਰਡਿੰਗ ਦਾ ਰਿਡਮਸ਼ਨ ਆਫ ਪ੍ਰੈਫਰੈਂਸ ਸ਼ੇਅਰਸ। ਪ੍ਰੈਫਰੈਂਸ ਸ਼ੇਅਰਸ ਦੀ ਰਿਡਮਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਪ੍ਰੋਵੀਜ਼ਨਸ, ਫਾਲੋਇੰਗ ਇੰਪੋਰਟੈਂਟ ਪ੍ਰੋਵੀਜ਼ਨਸ ਗਿਵਨ ਅੰਡਰ ਸੈਕਸ਼ਨ 55 ਆਫ ਦਾ ਕੰਪਨੀਜ਼ ਐਕਟ 2013। ਫਸਟ, ਨੋ ਕੰਪਨੀ ਕੈਨ ਇਸ਼ੂ ਐਨੀ ਪ੍ਰੈਫਰੈਂਸ ਸ਼ੇਅਰ ਵਿਚ ਆਰ ਇਰੀਡੀਮੇਬਲ। ਕੋਈ ਵੀ ਕੰਪਨੀ ਇਰੀਡੀਮੇਬਲ ਪ੍ਰੈਫਰੈਂਸ ਸ਼ੇਅਰ ਨਹੀਂ ਇਸ਼ੂ ਕਰ ਸਕਦੀ। ਨੋ ਕੰਪਨੀ ਕੈਨ ਇਸ਼ੂ ਐਨੀ ਪ੍ਰੈਫਰੈਂਸ ਸ਼ੇਅਰ ਵਿਚ ਆਰ ਰਿਡੀਮੇਬਲ ਆਫਟਰ ਦਾ ਐਕਸਪਾਇਰੀ ਆਫ 20 ਈਅਰਸ। 20 ਈਅਰਸ ਤੋਂ ਬਾਅਦ ਸੀ ਐਕਸਪਾਇਰੀ ਵਾਲੇ ਨਹੀਂ ਇਸ਼ੂ ਕਰ ਸਕਦੀ। ਸੱਚ ਸ਼ੇਅਰ ਕੈਨ ਨੋਟ ਬੀ ਰਿਡੀਮਡ ਅਨਲੈਸ ਦੇ ਆਰ ਫੁਲੀ ਪੇਡ ਅਪ। ਜਦ ਤੱਕ ਪ੍ਰੈਫਰੈਂਸ ਸ਼ੇਅਰਸ ਫੁਲੀ ਪੇਡ ਅਪ ਨਹੀਂ ਹੋ ਜਾਂਦੇ ਉਹਨਾਂ ਨੂੰ ਰਿਡੀਮ ਨਹੀਂ ਕੀਤਾ ਜਾ ਸਕਦਾ। ਯਾਨੀ ਅਗਰ ਪ੍ਰੈਫਰੈਂਸ ਸ਼ੇਅਰਸ ਤੇ ਹਜੇ ਫਾਈਨਲ ਕਾਲ ਪੈਂਡਿੰਗ ਹੈ ਜਾਂ ਕੁਝ ਕਾਲ ਮਨੀ ਪੈਂਡਿੰਗ ਹੈ, ਜਿਹੜੀਆਂ ਵੀ ਕਾਲਾਂ ਪੈਂਡਿੰਗ ਹੈ, ਜਦ ਤੱਕ ਉਹ ਕੰਪਲੀਟ ਨਹੀਂ ਹੋਈ ਨਹੀਂ ਰਿਡਮਸ਼ਨ ਪ੍ਰੋਸੈਸ ਸ਼ੁਰੂ ਨਹੀਂ ਹੋ ਸਕਦਾ। ਓਬਵੀਅਸ ਹੈ ਫਿਰ ਟਾਈਮਲੀ ਤੁਸੀਂ ਜਿਹੜਾ ਹੈ ਕੰਪਨੀ ਦੇ ਵਿੱਚ ਤੁਸੀਂ ਆਪਣਾ ਰਿਡਮਸ਼ਨ ਪ੍ਰੋਸੈਸ ਸ਼ੁਰੂ ਕਰਨ ਤੋਂ ਪਹਿਲੇ ਫੁਲੀ ਪੇਡ ਕਰੋਗੇ ਉਹਨਾਂ ਨੂੰ। ਯਾਨੀ ਅਗਰ ਤੁਹਾਨੂੰ ਕੁਐਸਚਨ ਦੇ ਵਿੱਚ ਇਹ ਕਿਹਾ ਜਾਂਦਾ ਕਿ ਰਿਡੀਮ ਕਰੋ ਪ੍ਰੈਫਰੈਂਸ ਸ਼ੇਅਰ, ਤਾਂ ਉਹ ਅਗਰ ਫੁਲੀ ਪੇਡ ਨਹੀਂ ਹੈ ਤਾਂ ਪਹਿਲੇ ਫਾਈਨਲ ਕਾਲ ਮੰਗਾਉਣੀ ਪਏਗੀ, ਠੀਕ ਹੈ, ਫੁਲੀ ਪੇਡ ਕਰਨਾ ਪਏਗਾ। ਨੈਕਸਟ ਪੁਆਇੰਟ ਹੈ ਸਾਡੇ ਕੋਲ, ਸੱਚ ਸ਼ੇਅਰਸ ਕੈਨ ਬੀ ਰਿਡੀਮਡ ਈਦਰ ਆਊਟ ਆਫ ਪ੍ਰੋਫਿਟਸ ਵਿਚ ਵੁੱਡ ਬੀ ਅਵੇਲੇਬਲ ਫੋਰ ਡਿਵਿਡੈਂਡ ਔਰ ਆਊਟ ਆਫ ਦਾ ਪ੍ਰੋਸੀਡਸ ਆਫ ਫਰੈਸ਼ ਇਸ਼ੂ ਆਫ ਸ਼ੇਅਰਸ ਮੇਡ ਵਿਦਇਨ ਦਾ ਵਿਦ ਦਾ ਆਬਜੈਕਟ ਆਫ ਰਿਡਮਸ਼ਨ। ਜਾਂ ਤਾਂ ਪ੍ਰੋਫਿਟਸ ਦੇ ਵਿੱਚੋਂ ਕੀਤੀ ਜਾਏਗੀ ਰਿਡਮਸ਼ਨ, ਯਾਨੀ ਇੱਕ ਰਿਜ਼ਰਵ ਕ੍ਰੀਏਟ ਕੀਤਾ ਜਾਏਗਾ ਜਿਹਨੂੰ ਅਸੀਂ ਕੈਪੀਟਲ ਰਿਡਮਸ਼ਨ ਰਿਜ਼ਰਵ ਕਹਿੰਦੇ ਹਾਂ, ਫ੍ਰੀ ਰਿਜ਼ਰਵ ਦੇ ਵਿੱਚੋਂ ਜਾਂ ਪ੍ਰੋਫਿਟਸ ਅਵੇਲੇਬਲ ਫੋਰ ਡਿਵਿਡੈਂਡ ਦੇ ਵਿੱਚੋਂ ਅਸੀਂ ਕੈਪੀਟਲ ਰਿਡਮਸ਼ਨ ਰਿਜ਼ਰਵ ਕ੍ਰੀਏਟ ਕਰਾਂਗੇ, ਉੱਥੋਂ ਅਸੀਂ ਜਿਹੜਾ ਹੈ ਸ਼ੇਅਰ ਰਿਡੀਮ ਕਰਾਂਗੇ ਜਾਂ ਅਸੀਂ ਨਵਾਂ ਇਸ਼ੂ ਕਰਾਂਗੇ, ਠੀਕ ਹੈ। ਦੀ ਸ਼ੇਅਰਸ ਕੈਨ ਨੋਟ ਬੀ ਰਿਡੀਮਡ ਆਊਟ ਆਫ ਦਾ ਪ੍ਰੋਸੀਡਸ ਆਫ ਫਰੈਸ਼ ਇਸ਼ੂ ਆਫ ਡਿਵੈਂਚਰਸ ਔਰ ਆਊਟ ਆਫ ਦਾ ਸੇਲ ਪ੍ਰੋਸੀਡਸ ਆਫ ਐਨੀ ਪ੍ਰੋਪਰਟੀ ਆਫ ਦਾ ਕੰਪਨੀ ਐਜ਼ ਇਟ ਵਿਲ ਲੀਡ ਟੂ ਇਰੋਜ਼ਨ ਆਫ ਅਵੇਲੇਬਲ ਸਿਕਿਉਰਿਟੀ ਟੂ ਦਾ ਕ੍ਰੈਡੀਟਰਸ।
ਕਰੈਕਟਰਸ ਦੀ ਜਿਹੜੀ ਲਾਇਬਿਲਿਟੀ ਅਸੀਂ ਪੇ ਕਰਨੀ ਆ ਉਹਦੇ ਅਗੇਂਸਟ ਸਿਕਿਉਰਿਟੀ ਬਣ ਜਾਂਦੀਆਂ ਹੁੰਦੀਆਂ ਜਿਹੜੀਆਂ ਪ੍ਰੋਪਰਟੀ ਐਸੈਟਸ, ਲੌਂਗ ਟਰਮ ਐਸੈਟਸ। ਤਾਂ ਲੌਂਗ ਟਰਮ ਐਸੈਟਸ ਦੇ ਵਿੱਚੋਂ ਅਸੀਂ ਜਿਹੜੀ ਇਹ ਸੇਲ ਕਰਕੇ ਨਹੀਂ ਕਰਾਂਗੇ, ਔਰ ਦੂਜਾ ਡਿਬੈਂਚਰ ਇਸ਼ੂ ਕਰਕੇ ਵੀ ਅਸੀਂ ਰਿਡਮਸ਼ਨ ਪ੍ਰੋਸੈਸ ਨਹੀਂ ਕਰ ਸਕਦੇ। ਪੈਸੇ ਚਾਹੀਦੇ ਉਹਦੇ ਵਾਸਤੇ ਰਿਡਮਸ਼ਨ ਲਈ, ਤੁਹਾਨੂੰ ਘਟਦੇ ਆ ਤੁਸੀਂ ਡਿਬੈਂਚਰ ਇਸ਼ੂ ਕੀਤੇ, ਉਹ ਅਲੱਗ ਚੀਜ਼ ਹੈ, ਪਰ CRR ਫਿਰ ਫੁੱਲ ਤੁਹਾਨੂੰ ਕ੍ਰੀਏਟ ਕਰਨਾ ਪਏਗਾ। ਕਹਿਣ ਦਾ ਮਤਲਬ ਇਹ ਹੈ ਕਿ ਅਗਰ 10 ਲੱਖ ਦੀ ਕੈਪੀਟਲ ਤੁਸੀਂ ਰਿਡੀਮ ਕਰ ਰਹੇ ਹੋ ਔਰ ਤੁਸੀਂ 4 ਲੱਖ ਜਾਂ 5 ਲੱਖ ਜਾਂ 6 ਲੱਖ ਦੇ ਨਵੇਂ ਸ਼ੇਅਰ ਇਸ਼ੂ ਕੀਤੇ ਆ, ਤਾਂ ਤੁਹਾਨੂੰ ਬਾਕੀ ਦੇ ਪੈਸਿਆਂ ਦਾ ਕੈਪੀਟਲ ਰਿਡਮਸ਼ਨ ਰਿਜ਼ਰਵ ਫ੍ਰੀ ਰਿਜ਼ਰਵ ਦੇ ਵਿੱਚੋਂ ਬਣਾਉਣਾ ਪਏਗਾ, ਠੀਕ ਹੈ। ਔਰ ਅਗਰ ਤੁਸੀਂ ਪੂਰੇ 10 ਲੱਖ ਦੇ ਇਸ਼ੂ ਕਰ ਦਿੰਦੇ ਹੋ ਤੁਹਾਨੂੰ CRR ਬਣਾਉਣ ਦੀ ਲੋੜ ਨਹੀਂ, ਔਰ ਅਗਰ ਤੁਸੀਂ ਕੋਈ ਵੀ ਸ਼ੇਅਰ ਇਸ਼ੂ ਨਹੀਂ ਕਰਦੇ ਤਾਂ ਫਿਰ ਤੁਹਾਨੂੰ CRR ਜਿਹੜਾ ਹੈ ਪੂਰਾ ਦਾ ਪੂਰਾ ਬਣਾਉਣਾ ਪਏਗਾ। ਨੈਕਸਟ ਹੈ ਸਾਡੇ ਕੋਲ ਵੈਨ ਦਾ ਸ਼ੇਅਰਸ ਆਰ ਰਿਡੀਮਡ ਆਊਟ ਆਫ ਪ੍ਰੋਫਿਟਸ, ਇਹ ਸਮ ਇਕੁਅਲ ਟੂ ਨੋਮੀਨਲ ਅਮਾਊਂਟ ਆਫ ਦਾ ਸ਼ੇਅਰਸ ਸੋ ਰਿਡੀਮਡ ਮਸਟ ਬੀ ਟ੍ਰਾਂਸਫਰਡ ਆਊਟ ਆਫ ਪ੍ਰੋਫਿਟ ਟੂ ਰਿਜ਼ਰਵ ਅਕਾਊਂਟ ਟੂ ਬੀ ਕਾਲਡ ਕੈਪੀਟਲ ਰਿਡੰਪਸ਼ਨ ਰਿਜ਼ਰਵ। ਮੈਂ ਪਹਿਲੇ ਵੀ ਗੱਲ ਕੀਤੀ ਕਿ ਜੇ ਸ਼ੇਅਰ ਅਸੀਂ ਪੂਰੀ ਤਰ੍ਹਾਂ ਆਊਟ ਆਫ ਪ੍ਰੋਫਿਟਸ ਕਰਦੇ ਹਾਂ, ਮੰਨ ਲਓ 10 ਲੱਖ ਦੇ 10 ਲੱਖ ਸ਼ੇਅਰ ਅਸੀਂ ਆਊਟ ਆਫ ਪ੍ਰੋਫਿਟ ਕਰਦੇ ਹਾਂ, ਕੋਈ ਵੀ ਨਵੀਂ ਕੈਪੀਟਲ ਇਸ਼ੂ ਨਹੀਂ ਕਰਦੇ, ਤਾਂ ਸਾਨੂੰ ਕੈਪੀਟਲ ਰਿਡੰਪਸ਼ਨ ਰਿਜ਼ਰਵ ਜਿਹੜਾ ਹੈ ਉਹ ਕ੍ਰੀਏਟ ਕਰਨਾ ਪਏਗਾ ਪੂਰੀ ਅਮਾਊਂਟ ਦਾ। ਸੱਚ ਰਿਜ਼ਰਵ ਕੈਨ ਬੀ ਯੂਜ਼ ਫੋਰ ਇਸ਼ੂਇੰਗ ਫੁੱਲੀ ਪੇਡ ਬੋਨਸ ਸ਼ੇਅਰਸ ਟੂ ਦਾ ਸ਼ੇਅਰ ਹੋਲਡਰ, ਔਰ ਉਹ ਵਾਲਾ ਰਿਜ਼ਰਵ ਸਿਰਫ ਤੇ ਸਿਰਫ ਫੁੱਲੀ ਪੇਡ ਬੋਨਸ ਸ਼ੇਅਰ ਇਸ਼ੂ ਕਰਨ ਵਾਸਤੇ ਹੀ ਯੂਜ਼ ਕੀਤਾ ਜਾ ਸਕਦਾ, ਅਦਰਵਾਈਜ਼ ਉਹ ਕਿਤੇ ਵੀ ਯੂਜ਼ ਨਹੀਂ ਕੀਤਾ ਜਾ ਸਕਦਾ। ਰਿਡੰਪਸ਼ਨ ਆਫ ਪ੍ਰੈਫਰੈਂਸ ਸ਼ੇਅਰਸ ਕੈਨ ਨਾਟ ਬੀ ਰਿਗਾਰਡਿਡ ਐਜ਼ ਏ ਰਿਡਕਸ਼ਨ ਆਫ ਦਾ ਆਥੋਰਾਈਜ਼ਡ ਕੈਪੀਟਲ ਆਫ ਦਾ ਕੰਪਨੀ। ਰਿਡੰਪਸ਼ਨ ਆਫ ਪ੍ਰੈਫਰੈਂਸ ਸ਼ੇਅਰ ਨਾਲ ਕੰਪਨੀ ਦੀ ਇਸ਼ੂਡ ਕੈਪੀਟਲ ਜ਼ਰੂਰ ਘਟਦੀ ਹੈ ਪਰ ਆਥੋਰਾਈਜ਼ਡ ਕੈਪੀਟਲ ਨੂੰ ਕੋਈ ਇਫੈਕਟ ਨਹੀਂ ਪੈਂਦਾ। ਆਥੋਰਾਈਜ਼ਡ ਕੈਪੀਟਲ ਇਜ਼ ਦਾ ਮੈਕਸਿਮਮ ਕੈਪੀਟਲ ਵੈਨ ਦਾ ਕੰਪਨੀ ਇਜ਼ ਰਜਿਸਟਰਡ ਟੂ ਵਿਚ ਅ ਕੰਪਨੀ ਕੈਨ ਇਸ਼ੂ ਦਾ ਸ਼ੇਅਰਸ। ਕੰਪਨੀ ਜਿੰਨੇ ਸ਼ੇਅਰ ਇਸ਼ੂ ਕਰ ਸਕਦੀ ਹੈ ਉਹ ਮੈਕਸਿਮਮ ਕੈਪੀਟਲ ਅਸੀਂ ਆਥੋਰਾਈਜ਼ਡ ਕੈਪੀਟਲ ਲੈਂਦੇ ਹਾਂ, ਔਰ ਆਥੋਰਾਈਜ਼ਡ ਕੈਪੀਟਲ ਮੈਮੋਰੈਂਡਮ ਆਫ ਐਸੋਸੀਏਸ਼ਨ 'ਚ ਲਿਖੀ ਹੁੰਦੀ ਹੈ, ਔਰ ਅਗਰ ਤੁਸੀਂ ਉਸ ਤੋਂ ਵੱਧ ਕੈਪੀਟਲ, ਆਥੋਰਾਈਜ਼ ਕੈਪੀਟਲ ਤੋਂ ਵੱਧ ਕੈਪੀਟਲ ਇਸ਼ੂ ਕਰਨੀ ਹੈ ਤਾਂ ਤੁਹਾਨੂੰ ਪਹਿਲੇ ਮੈਮੋਰੈਂਡਮ ਚੇਂਜ ਕਰਨਾ ਪੈਂਦਾ ਜਿਹਦੇ ਵਾਸਤੇ ਸਪੈਸ਼ਲ ਰੈਜ਼ੋਲੂਸ਼ਨ ਦੀ ਲੋੜ ਹੈ, ਔਰ ਮੈਂ ਪਿਛਲੇ ਲੈਕਚਰ ਦੇ ਵਿੱਚ ਦੱਸ ਚੁੱਕਾ ਹਾਂ ਸਪੈਸ਼ਲ ਰੈਜ਼ੋਲੂਸ਼ਨ ਵਾਸਤੇ 75% ਵੋਟਿੰਗ ਜਿਹੜੀ ਹੈ ਮੈਂਬਰ ਸੀ ਚਾਹੀਦੀ ਹੈ, ਯੈਸ ਚਾਹੀਦੀ ਹੈ। ਹਾਂਜੀ, ਨੋਟ, ਨੋਮੀਨਲ ਵੈਲਿਊ ਆਫ ਪ੍ਰੈਫਰੈਂਸ ਸ਼ੇਅਰਸ ਟੂ ਬੀ ਰਿਡੀਮਡ ਮਸਟ ਬੀ ਇਕੁਅਲ ਟੂ ਦਾ ਫੇਸ ਵੈਲਿਊ ਆਫ ਫਰੈਸ਼ ਇਸ਼ੂ ਆਫ ਸ਼ੇਅਰਸ ਐਂਡ ਕੈਪੀਟਲ ਰਿਡੰਪਸ਼ਨ ਰਿਜ਼ਰਵ, ਤੁਲਨਾ ਦੇ ਟੋਟਲ ਦੇ ਬਰਾਬਰ ਹੋਣੀ ਚਾਹੀਦੀ ਹੈ। ਜਿੰਨੀ ਕੈਪੀਟਲ ਤੁਸੀਂ ਰਿਡੀਮ ਕੀਤੀ ਹੈ ਫਰੈਸ਼ ਇਸ਼ੂ ਦੀ ਕੈਪੀਟਲ ਔਰ ਕੈਪੀਟਲ ਰਿਡੰਪਸ਼ਨ ਰਿਜ਼ਰਵ ਦਾ ਟੋਟਲ ਉਹਦੇ ਬਰਾਬਰ ਹੋਣਾ ਚਾਹੀਦਾ ਹੈ। ਟੋਟਲ ਆਫ ਫੇਸ ਵੈਲਿਊ ਆਫ ਫਰੈਸ਼ ਇਸ਼ੂ ਆਫ ਸ਼ੇਅਰਸ ਐਂਡ CRR ਅਕਾਊਂਟ ਮਸਟ ਨੋਟ ਬੀ ਇਨ ਐਨੀ ਕੇਸ ਲੈਸ ਦੈਨ ਦਾ ਨੋਮੀਨਲ ਵੈਲਿਊ ਆਫ ਪ੍ਰੈਫਰੈਂਸ ਸ਼ੇਅਰਸ ਟੂ ਬੀ ਰਿਡੀਮਡ, ਇਸ ਤੋਂ ਘੱਟ ਕਿਸੇ ਹਾਲਤ 'ਚ ਵੀ ਨਹੀਂ ਹੋ ਸਕਦਾ। ਮੈਂ ਪਹਿਲੇ ਵੀ ਗੱਲ ਕੀਤੀ ਜਿੰਨੀ ਕੈਪੀਟਲ ਆਪਾਂ ਕੈਂਸਲ ਕਰ ਰਹੇ ਹਾਂ, ਮੰਨ ਲਓ 5 ਲੱਖ ਦੀ ਕੈਪੀਟਲ ਕੈਂਸਲ ਕਰ ਰਹੇ ਹਾਂ, 2 ਲੱਖ ਦੀ ਨਵੀਂ ਇਸ਼ੂ ਕੀਤੀ ਹੈ ਤਾਂ 3 ਲੱਖ ਦਾ ਤੁਹਾਨੂੰ CRR ਬਣਾਉਣਾ ਪਏਗਾ, 5 ਲੱਖ ਪੂਰਾ ਕਰਨਾ ਪਏਗਾ। ਨੋਮੀਨਲ ਵੈਲਿਊ ਯਾਨੀ ਕੈਪੀਟਲ ਵੈਲਿਊ, ਪ੍ਰੀਮੀਅਮ ਵਗੈਰਾ ਇਹਦੇ ਵਿੱਚ ਇੰਕਲੂਡ ਨਹੀਂ ਹੈ, ਪ੍ਰੀਮੀਅਮ ਐਕਸਟਰਾ। ਦੈਨ ਬੈਲੈਂਸ ਇਜ਼ ਅਵੇਲੇਬਲ ਫੋਰ ਟ੍ਰਾਂਸਫਰ ਆਫ ਟਰੂ ਕੈਪੀਟਲ ਰਿਡੰਪਸ਼ਨ ਰਿਜ਼ਰਵ ਅਕਾਊਂਟ, ਜਨਰਲ ਰਿਜ਼ਰਵ ਚੋਂ ਤੁਸੀਂ ਟ੍ਰਾਂਸਫਰ ਲੈ ਸਕਦੇ ਹੋ, ਰੈਵਨਿਊ ਰਿਜ਼ਰਵ ਸਰਪਲਸ ਅਕਾਊਂਟ ਚੋਂ ਲੈ ਸਕਦੇ ਹੋ, ਡਿਵੀਡੈਂਡ ਇਕੁਲਾਈਜੇਸ਼ਨ ਫੰਡ, ਵਰਕਮੈਨ ਕੰਪਨਸੇਸ਼ਨ ਫੰਡ, ਇੰਪਲੋਈ ਐਕਸੀਡੈਂਟ ਫੰਡ, ਇੰਸ਼ੋਰੈਂਸ ਫੰਡ, ਡਿਸਕ੍ਰੀਸ਼ਨਰੀ ਡਿਬੈਂਚਰ ਰਿਡੰਪਸ਼ਨ ਫੰਡ। ਇਹ ਫੰਡਸ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ CRR ਕ੍ਰੀਏਟ ਕਰ ਸਕਦੇ ਹੋ। ਬੈਲੈਂਸ ਇਜ਼ ਨੋਟ ਅਵੇਲੇਬਲ ਫੋਰ ਟ੍ਰਾਂਸਫਰ ਟੂ CRR, ਕੈਪੀਟਲ ਰਿਜ਼ਰਵ, ਸ਼ੇਅਰ ਫੋਰਫੀਚਰ ਅਕਾਊਂਟ, ਸਿਕਿਉਰਿਟੀ ਪ੍ਰੀਮੀਅਮ। ਸਿਕਿਉਰਿਟੀ ਪ੍ਰੀਮੀਅਮ ਤੋਂ ਵੀ CRR ਤੁਸੀਂ ਨਹੀਂ ਕ੍ਰੀਏਟ ਕਰ ਸਕਦੇ। ਪ੍ਰੋਫਿਟ ਪ੍ਰਾਇਰ ਟੂ ਇਨਕਾਰਪੋਰੇਸ਼ਨ ਤੇ ਡਿਵੈਲਪਮੈਂਟ ਰਿਬੇਟਸ ਰਿਜ਼ਰਵ, ਇਹਨਾਂ ਸਾਰੇ ਹੈਡਸ ਦੇ ਵਿੱਚੋਂ ਤੁਸੀਂ CRR ਕ੍ਰੀਏਟ ਨਹੀਂ ਕਰ ਸਕਦੇ। ਜਿਹੜੇ ਨੀਚੇ ਵਾਲੇ ਆਪਾਂ 5 ਹੈਡ ਕੇ ਆ, ਉੱਪਰ ਵਾਲੇ ਹੈਡਸ ਦੇ ਵਿੱਚੋਂ ਤੁਸੀਂ CRR ਕ੍ਰੀਏਟ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਅਕਾਊਂਟਿੰਗ ਐਂਟਰੀਜ਼ ਫੋਰ ਰਿਡੰਪਸ਼ਨ ਆਫ ਪ੍ਰੈਫਰੈਂਸ ਸ਼ੇਅਰ।
ਅਗਰ ਪ੍ਰੈਫਰੈਂਸ਼ੀਅਲ ਆਪਾਂ ਰਿਡੀਮ ਕਰਨੇ ਆ ਤਾਂ ਅਕਾਊਂਟਿੰਗ ਐਂਟਰੀਜ਼ ਕਿਹੜੀਆਂ ਪਾਈਆਂ ਜਾਣਗੀਆਂ? ਸਭ ਤੋਂ ਪਹਿਲੇ ਹੈ ਅਗਰ ਪ੍ਰੈਫਰੈਂਸ਼ੀਅਲ ਪਾਰਟਲੀ ਪੇਡ ਅਪ ਹੈ, ਅਗਰ ਪਾਰਟਲੀ ਪੇਡ ਅਪ ਹੈ ਤਾਂ ਉਹਨਾਂ ਨੂੰ ਫੁੱਲੀ ਪੇਡ ਅਪ ਕਰਨਾ ਜ਼ਰੂਰੀ ਹੈ ਬਿਫੋਰ ਦਾ ਰਿਡੰਪਸ਼ਨ ਪ੍ਰੋਸੀਜਰ ਸਟਾਰਟ। ਰਿਡੰਪਸ਼ਨ ਪ੍ਰੋਸੀਜਰ ਨੂੰ ਸਟਾਰਟ ਕਰਨ ਤੋਂ ਪਹਿਲੇ ਪਹਿਲੇ ਤੁਹਾਨੂੰ ਉਹਨਾਂ ਨੂੰ ਜਿਹੜਾ ਹੈ ਫੁੱਲੀ ਪੇਡ ਕਰਨਾ ਜ਼ਰੂਰੀ ਹੈ। ਫਾਈਨਲ ਕਾਲ ਕਰੋਗੇ, ਫਾਈਨਲ ਕਾਲ ਦੇ ਫਿਰ ਪੈਸੇ ਆਉਣਗੇ, ਅਗਰ ਕੋਈ ਕਾਲਜ ਇਨ ਏਰੀਆ ਤਾਂ ਕਾਲਜ ਇਨ ਏਰੀਆ 'ਚ ਡੈਬਿਟ ਹੋ ਜਾਏਗਾ। ਫਿਲਹਾਲ ਇੱਥੇ ਅਸਿਊਮ ਕੀਤਾ ਵੀ ਕਾਲਜ ਇਨ ਏਰੀਆ ਨਹੀਂ ਹੈ। ਤੇ ਪਹਿਲੀ ਐਂਟਰੀ ਫਾਈਨਲ ਕਾਲ ਮੇਡ ਦੀ ਪ੍ਰੈਫਰੈਂਸ਼ੀਅਲ ਫਾਈਨਲ ਕਾਲ ਅਕਾਊਂਟ ਡੈਬਿਟ ਟੂ ਪ੍ਰੈਫਰੈਂਸ਼ੀਅਲ ਕੈਪੀਟਲ ਅਕਾਊਂਟ, ਦੈਨ ਫਾਈਨਲ ਕਾਲ ਮਨੀ ਜਦੋਂ ਮਿਲੇਗੀ ਤਾਂ ਬੈਂਕ ਅਕਾਊਂਟ ਡੈਬਿਟ ਟੂ ਪ੍ਰੈਫਰੈਂਸ਼ੀਅਲ ਫਾਈਨਲ ਕਾਲ ਅਕਾਊਂਟ, ਸਾਨੂੰ ਫਾਈਨਲ ਕਾਲ ਦੇ ਪੈਸੇ ਆ ਜਾਣਗੇ। ਉਸ ਤੋਂ ਬਾਅਦ ਅਸੀਂ ਪ੍ਰੈਫਰੈਂਸ਼ੀਅਲ ਦੀ ਰਿਡੈਮਪਸ਼ਨ ਨੂੰ ਡਿਊ ਕਰਾਂਗੇ। ਰਿਡੀਮੇਬਲ ਪ੍ਰੈਫਰੈਂਸ਼ੀਅਲ ਕੈਪੀਟਲ ਅਕਾਊਂਟ ਡੈਬਿਟ, ਕੈਪੀਟਲ ਕੈਂਸਲ ਕਰ ਰਹੇ ਹਾਂ ਆਪਾਂ। ਪ੍ਰੀਮੀਅਮ ਔਨ ਰਿਡੈਮਪਸ਼ਨ ਅਗਰ ਕੋਈ ਹੈਗਾ ਤਾਂ ਉਹਨੂੰ ਡੈਬਿਟ ਕਰਾਂਗੇ, ਟੂ ਪ੍ਰੈਫਰੈਂਸ਼ੀਅਲ ਹੋਲਡਰਸ, ਕ੍ਰੈਡਿਟ ਕਰਾਂਗੇ ਪ੍ਰੈਫਰੈਂਸ਼ੀਅਲ ਹੋਲਡਰਸ ਨੂੰ, ਤਾਂ ਕਿ ਇਹਨਾਂ ਨੂੰ ਐਂਡ ਤੇ ਫਾਈਨਲ ਪੇਮੈਂਟ ਕੀਤੀ ਜਾ ਸਕੇ। ਪ੍ਰੋਸੈਸ ਨੂੰ ਹੋਰ ਅੱਗੇ ਵਧਾਂਗੇ ਅਗਰ ਆਪਾਂ ਕੋਈ ਸ਼ੇਅਰ ਇਸ਼ੂ ਕੀਤੇ ਹੈ ਫੋਰ ਇਸ਼ੂ ਆਫ ਨਿਊ ਇਕੁਇਟੀ ਸ਼ੇਅਰਸ। ਬੈਂਕ ਅਕਾਊਂਟ ਡੈਬਿਟ ਟੂ ਇਕੁਇਟੀ ਸ਼ੇਅਰ ਕੈਪੀਟਲ ਅਕਾਊਂਟ ਟੂ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ, ਠੀਕ ਹੈ। ਨਵੇਂ ਸ਼ੇਅਰ ਇਸ਼ੂ ਕਰਨ ਲਈ ਅਸੀਂ ਬੈਂਕ ਅਕਾਊਂਟ ਪੈਸੇ ਆਣਗੇ, ਕੈਪੀਟਲ ਬਣੇਗੀ ਤੇ ਪ੍ਰੀਮੀਅਮ। ਇਹ ਜਿਹੜਾ ਨਵਾਂ ਪ੍ਰੀਮੀਅਮ ਆਇਆ ਇਸ ਪ੍ਰੀਮੀਅਮ ਤੋਂ ਤੇ ਦੇ ਵਿੱਚੋਂ ਤੇ ਪਹਿਲੇ ਪਏ ਪ੍ਰੀਮੀਅਮ ਦੇ ਵਿੱਚੋਂ ਅਸੀਂ ਆ ਪ੍ਰੀਮੀਅਮ ਔਨ ਰਿਡੈਮਪਸ਼ਨ ਕਵਰ ਕਰ ਸਕਦੇ ਹਾਂ। ਪਹਿਲੇ ਅਸੀਂ ਪ੍ਰੀਮੀਅਮ ਚੋਂ ਹੀ ਕਵਰ ਕਰਾਂਗੇ, ਅਗਰ ਉਸ ਤੋਂ ਬਾਅਦ ਜ਼ਰੂਰਤ ਪੈਗੀ ਤਾਂ ਅਸੀਂ ਸਰਪਲਸ ਜਾਂ ਰਿਜ਼ਰਵ ਅਕਾਊਂਟ ਲੈ ਸਕਦੇ ਹਾਂ। ਫੋਰ ਸੈਲਿੰਗ ਆਫ ਐਨੀ ਐਸੈਟ ਔਰ ਇਨਵੈਸਟਮੈਂਟ ਫੋਰ ਦਾ ਲਿਕੁਇਡ ਫੰਡ ਰਿਕੁਆਇਰਮੈਂਟ, ਅਗਰ ਰੀਪੇਮੈਂਟ ਵਾਸਤੇ ਪੈਸੇ ਦੀ ਕਮੀ ਪੈ ਰਹੀ ਹੈ ਤਾਂ ਅਸੀਂ ਕੋਈ ਨਾ ਕੋਈ ਇਨਵੈਸਟਮੈਂਟ ਜਾਂ ਕੋਈ ਐਸੈਟ ਸੇਲ ਕਰ ਸਕਦੇ ਹਾਂ। ਤਾਂ ਐਸੈਟ ਨੂੰ ਸੇਲ ਕਰਨ ਦੀ ਐਂਟਰੀ ਹੈ ਬੈਂਕ ਅਕਾਊਂਟ ਡੈਬਿਟ, ਸਰਪਲਸ ਅਕਾਊਂਟ ਜਾਂ ਜਨਰਲ ਰਿਜ਼ਰਵ ਅਕਾਊਂਟ, ਜੇ ਕੋਈ ਲੋਸ ਹੈ ਤਾਂ ਉਹ ਇਹਦੇ 'ਚ ਐਡਜਸਟ ਹੋਏਗਾ। ਟੂ ਐਸੈਟ ਜਾਂ ਇਨਵੈਸਟਮੈਂਟ ਜਿਹੜੀ ਵੀ ਅਸੀਂ ਐਸੈਟ ਜਾਂ ਇਨਵੈਸਟਮੈਂਟ ਸੇਲ ਕਰਾਂਗੇ ਉਹ ਕ੍ਰੈਡਿਟ ਹੋ ਜਾਏਗੀ। ਦੈਨ ਪ੍ਰੋਫਿਟ ਔਨ ਸੇਲ ਆਫ ਐਸੈਟ ਔਰ ਇਨਵੈਸਟਮੈਂਟ, ਪ੍ਰੋਫਿਟ ਔਨ ਸੇਲ ਆਪਾਂ ਇੱਥੇ ਉੱਪਰਲੀ ਐਂਟਰੀ 'ਚ ਵੀ ਅਲੱਗ ਤੋਂ ਕ੍ਰੈਡਿਟ ਕਰ ਸਕਦੇ ਹਾਂ, ਪਰ ਇਟ ਸ਼ੁੱਡ ਬੀ ਬੈਟਰ ਕਿ ਤੁਸੀਂ ਅਲੱਗ ਤੋਂ ਐਂਟਰੀ ਪਾ ਦਿਓ ਪ੍ਰੋਫਿਟ ਦੀ। ਉਹਦੇ ਨਾਲ ਕੀ ਹੋਏਗਾ, ਜਦੋਂ ਤੁਸੀਂ ਐਸੈਟ ਸੇਲ ਕੀਤੀ ਤਾਂ ਐਸੈਟ ਅਕਾਊਂਟ ਵੱਧ ਵੈਲਿਊ ਨਾਲ ਕ੍ਰੈਡਿਟ ਹੋ ਗਿਆ। 25,000 ਵਾਲੀ ਐਸੈਟ ਮੰਨ ਲਓ 28,000 'ਚ ਸੇਲ ਕੀਤੀ, ਬੈਂਕ ਅਕਾਊਂਟ ਡੈਬਿਟ 28,000, ਟੂ ਐਸੈਟ 28,000, ਉਹ 3,000 ਐਕਸਟਰਾ ਪ੍ਰੋਫਿਟ ਵਾਲਾ ਐਸੈਟ ਅਕਾਊਂਟ 'ਚ ਚਲਾ ਗਿਆ। ਅਗਲੀ ਐਂਟਰੀ 'ਚ ਅਸੀਂ ਉਹ ਐਸੈਟ ਤੋਂ ਸਰਪਲਸ ਅਕਾਊਂਟ 'ਚ ਭੇਜ ਦਿੰਦੇ ਹਾਂ, ਐਸੈਟ ਅਕਾਊਂਟ ਡੈਬਿਟ ਟੂ ਸਰਪਲਸ ਅਕਾਊਂਟ, ਠੀਕ ਹੈ। ਦੈਨ ਫੋਰ ਐਡਜਸਟਿੰਗ ਦਾ ਪ੍ਰੀਮੀਅਮ ਔਨ ਰਿਡੈਮਪਸ਼ਨ ਫਰੋਮ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ ਔਰ ਫ੍ਰੀ ਰਿਜ਼ਰਵਸ ਅਕਾਊਂਟ, ਜਿਹੜਾ ਪ੍ਰੀਮੀਅਮ ਔਨ ਰਿਡੈਮਪਸ਼ਨ ਹੈ ਜਦੋਂ ਅਸੀਂ ਪ੍ਰੈਫਰੈਂਸ਼ੀਅਲ ਰਿਡੀਮ ਕਰ ਰਹੇ ਹਾਂ, ਅਗਰ ਉੱਥੇ ਕੋਈ ਐਕਸਟਰਾ ਪੇਮੈਂਟ ਕਰ ਰਹੇ ਹਾਂ, ਪ੍ਰੀਮੀਅਮ ਔਨ ਰਿਡੈਮਪਸ਼ਨ ਜਿਹੜਾ ਹੈ ਉਹਨੂੰ ਅਸੀਂ ਸਭ ਤੋਂ ਪਹਿਲੇ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ 'ਚੋਂ ਐਡਜਸਟ ਕਰਾਂਗੇ। ਸਿਕਿਉਰਿਟੀ ਪ੍ਰੀਮੀਅਮ ਜਿਹੜਾ ਪਹਿਲੇ ਤੋਂ ਬੈਲੈਂਸ ਪਿਆ ਬੈਲੈਂਸ ਸ਼ੀਟ 'ਚ, ਪਲੱਸ ਜਿਹੜਾ ਨਿਊ ਇਸ਼ੂ ਤੋਂ ਆਇਆ ਜਿਹੜਾ ਕਿ ਅਸੀਂ ਫੋਰਥ ਸੈਂਚਰੀ ਦੇ ਵਿੱਚ ਅਸੀਂ ਕੀਤਾ ਸੀਗਾ, ਉਹਦੇ 'ਚੋਂ ਜੋ ਆਇਆ ਹੈ ਸਿਕਿਉਰਿਟੀ ਪ੍ਰੀਮੀਅਮ, ਉਹ ਦੋਨੋਂ ਮਿਲਾ ਕੇ ਉਹਦੇ 'ਚੋਂ ਐਡਜਸਟ ਕਰਾਂਗੇ। ਅਗਰ ਉਹਦੇ 'ਚੋਂ ਪੂਰਾ ਨਹੀਂ ਪੈ ਰਿਹਾ ਫਿਰ ਸਰਪਲਸ ਜਨਰਲ ਰਿਜ਼ਰਵ ਜਾਂ ਅਦਰ ਫ੍ਰੀ ਰਿਜ਼ਰਵ ਅਸੀਂ ਲੈ ਸਕਦੇ ਹਾਂ। ਟੂ ਪ੍ਰੀਮੀਅਮ ਔਨ ਰਿਡੈਮਪਸ਼ਨ ਅਕਾਊਂਟ, ਪ੍ਰੀਮੀਅਮ ਔਨ ਰਿਡੈਮਪਸ਼ਨ ਨੂੰ ਉਹ 'ਚੋਂ ਐਡਜਸਟ ਕਰਾਂਗੇ। ਉਸ ਤੋਂ ਬਾਅਦ ਜਿੰਨੀ ਅਸੀਂ ਕੈਪੀਟਲ ਇਸ਼ੂ ਕਰਤੀ ਹੈ ਤੇ ਜਿੰਨੀ ਕੈਪੀਟਲ ਅਸੀਂ ਰਿਡੀਮ ਕੀਤੀ ਹੈ ਉਹਦੇ ਵਿੱਚ ਅਗਰ ਡਿਫਰੈਂਸ ਹੈ ਤਾਂ ਉਹ ਕੈਪੀਟਲ ਦੀ ਅਮਾਊਂਟ ਦੇ ਡਿਫਰੈਂਸ ਦਾ ਅਸੀਂ ਕੈਪੀਟਲ ਰਿਡੈਮਪਸ਼ਨ ਰਿਜ਼ਰਵ ਕ੍ਰੀਏਟ ਕਰਾਂਗੇ। ਫੋਰ ਕ੍ਰੀਏਟਿੰਗ ਦਾ ਕੈਪੀਟਲ ਰਿਡੈਮਪਸ਼ਨ ਰਿਜ਼ਰਵ ਐਂਟਰੀ ਜਿਹੜੀ ਪਾਸ ਹੋਏਗੀ, ਸਰਪਲਸ ਅਕਾਊਂਟ ਡੈਬਿਟ, ਜਨਰਲ ਰਿਜ਼ਰਵ ਅਕਾਊਂਟ ਡੈਬਿਟ, ਅਦਰ ਫ੍ਰੀ ਰਿਜ਼ਰਵ ਅਕਾਊਂਟ ਡੈਬਿਟ ਟੂ ਕੈਪੀਟਲ ਰਿਡੈਮਪਸ਼ਨ ਰਿਜ਼ਰਵ, ਦੈਨ ਫਾਈਨਲੀ ਅਸੀਂ ਪ੍ਰੈਫਰੈਂਸ਼ੀਅਲ ਹੋਲਡਰਸ ਨੂੰ ਪੇਮੈਂਟ ਕਰ ਦਿਆਂਗੇ, ਪ੍ਰੈਫਰੈਂਸ਼ੀਅਲ ਹੋਲਡਰਸ ਅਕਾਊਂਟ ਡੈਬਿਟ ਟੂ ਬੈਂਕ। ਇਹ ਸਾਰੀ ਜਿਹੜੀ ਹੈ ਸਾਡੇ ਟੋਪਿਕ ਦੀ ਇੰਟਰੋਡਕਸ਼ਨ, ਪਲੱਸ ਜਿਹੜਾ ਹੈ ਤੁਹਾਡਾ ਅਕਾਊਂਟਿੰਗ ਪ੍ਰੋਸੀਜਰ ਜਿਹੜਾ ਹੈ ਪ੍ਰੈਫਰੈਂਸ਼ੀਅਲ ਦਾ। ਆਮ ਤੌਰ 'ਤੇ ਇਹਦੇ ਨਾਲ ਰਿਲੇਟਿਡ ਥਰੈਟੀਕਲ ਕੁਸ਼ਚਨ ਆ ਜਾਂਦਾ। ਚਲੋ ਥੈਂਕ ਯੂ ਤੁਹਾਡਾ ਵੀ, ਤੁਸੀਂ ਮੇਰਾ ਟੋਪਿਕ ਸੁਣਿਆ, ਠੀਕ ਹੈ, ਅਤੇ
ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੇ ਲੈਕਚਰਸ ਦਾ ਕੋਈ ਨਾ ਕੋਈ ਫਾਇਦਾ ਮਿਲ ਰਿਹਾ ਹੋਏਗਾ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸਮਝੋਗੇ, ਸ਼ੇਅਰ ਕਰੋਗੇ, ਠੀਕ ਹੈ, ਔਰ ਚੈਨਲ ਵੀ ਮੇਰਾ ਜਿਹੜਾ ਹੈ ਸਬਸਕ੍ਰਾਈਬ ਕਰੋਗੇ। ਓਕੇ ਬੇਟਾ, ਥੈਂਕ ਯੂ ਆਲ। ਜੋ ਵੀ ਅਗਰ ਤੁਹਾਨੂੰ ਕੋਈ ਕੁਐਸਚਨਿੰਗ ਹੈ, ਰਿਕੁਆਇਰਮੈਂਟ ਹੈ, ਤਾਂ ਤੁਸੀਂ ਮੇਰੇ ਨਾਲ ਇਸ ਨੰਬਰ ਤੇ, ਮੇਰੇ ਕੰਟੈਕਟ ਨੰਬਰ ਤੇ ਗੱਲ ਕਰਕੇ ਪੁੱਛ ਸਕਦੇ ਹੋ, ਸਮਝ ਸਕਦੇ ਹੋ ਪੁਆਇੰਟਸ ਨੂੰ। ਠੀਕ ਹੈ, ਥੈਂਕ ਯੂ, ਥੈਂਕ ਯੂ।